ਦੱਸੋ ਫਿਰ ਕਦੋਂ ਤੋਂ ਤਿਆਰੀਆਂ ਜਿਹੜੀਆਂ ਤੁਹਾਡੀਆਂ ਸਟਾਰਟ ਹੋ ਜਾਂਦੀਆਂ? ਸੋ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿਣਾ, ਕਿਸੇ ਵੇਲੇ ਚੰਦਰਮਾ ਲੇਟ ਵੀ ਨਿਕਲਦਾ ਹੈ, ਫਿਰ ਉਡੀਕ ਦੇ ਵਿੱਚ ਬੈਠੇ ਰਹਿੰਦੇ ਹੋ ਤੁਸੀਂ? ਕਦੋਂ ਨਿਕਲੇਗਾ ਕਦੋਂ ਨਹੀਂ ਨਿਕਲੇਗਾ, ਹੁਣ ਤਾਂ ਨਿਕਲਣਾ ਤਾਂ ਉਹ ਸਾਰੀ ਦਿਹਾੜੀ ਦਾ ਸੇਮ ਉਹ ਹੀ ਹੁੰਦਾ ਆ, ਬਟ ਫਿਰ ਵੀ ਇਸ ਦਿਨ ਦਾ ਇਹੀ ਹੁੰਦਾ ਹੈ ਜਦੋਂ ਨਿਕਲਦੇ। ਇੱਕ ਬੇਟੀ ਹੁੰਦੀ ਵੀ ਹਸਬੈਂਡ ਦੇ ਹੱਥੋਂ ਪਾਣੀ ਪੀਣਾ ਕਿਹੜੀ ਬੇਟੀ। ਸੋ ਤੁਹਾਨੂੰ ਪਤਾ ਹੀ ਕਿ ਜਿੱਦਾਂ ਕੱਲ੍ਹ ਕਰਵਾ ਚੌਥ ਫੈਸਟੀਵਲ ਮਨਾਇਆ ਜਾ ਰਿਹਾ, ਸੋ ਬਟਾਲਾ ਸ਼ਹਿਰ ਦੇ ਵਿੱਚ ਵੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਜਿੱਥੇ ਬੜਾ ਉਤਸ਼ਾਹ ਹੈ ਅਤੇ ਚਾਅ ਹੈ। ਵੇਖੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਮਹਿੰਦੀ ਲੱਗ ਰਹੀ ਅੱਜ, ਅਤੇ ਮਹਿੰਦੀ ਤੋਂ ਬਾਅਦ ਕੱਲ੍ਹ ਜਿਹੜਾ ਹੈ ਉਹ ਫੈਸਟੀਵਲ ਜਿਹੜਾ ਹੈ ਕਰਵਾ ਚੌਥ ਦਾ ਵਰਤ ਜਿਹੜਾ ਹੈ ਮਨਾਇਆ ਜਾ ਰਿਹਾ। ਆਪਾਂ ਗੱਲਬਾਤ ਵੀ ਕਰਦੇ ਹਾਂ, ਸੋ ਜਿਹੜੇ ਇੱਥੇ ਮਹਿੰਦੀ ਲਵਾਉਣ ਆਏ ਆ ਆਪਾਂ ਗੱਲਬਾਤ ਵੀ ਕਰਦੇ ਹਾਂ ਉਹਨਾਂ ਨਾਲ। ਕੀ ਨਾਮ ਹੈ ਤੇ ਕਿਉਂ ਕਰਵਾ ਚੌਥ ਦੇ ਰਾਏ ਮਨਾਇਆ ਜਾਂਦਾ ਹੈ? ਨਮਸਕਾਰ। ਨਮਸਕਾਰ ਜੀ, ਮੋਨਿਕਾ ਜੀ, ਕਿੱਦਾਂ ਦੇਖਦੇ ਹੋ ਕਿ ਇਹ ਜਿਹੜਾ ਹਸਬੈਂਡ ਵਾਈਫ ਦਾ ਪਿਆਰ ਹੈ ਜਿਹੜਾ ਹੈ ਕਰਵਾ ਚੌਥ ਦਾ ਸਾਰੇ ਭਾਰਤ ਦੇ ਵਿੱਚ ਬੜੇ ਖੁਸ਼ੀਆਂ ਚਾਵਾਂ ਨਾਲ ਮਨਾਇਆ ਜਾ ਰਿਹਾ, ਬਟਾਲੇ ਸ਼ਹਿਰ ਦੇ ਵਿੱਚ ਵੀ ਜਿਹੜਾ ਹੈ ਇਹਦਾ ਦੇਖਣ ਨੂੰ ਮਿਲ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਸਰ, ਇਹ ਕਰਵਾ ਚੌਥ ਦਾ ਜਿਹੜਾ ਵਰਤ ਹੈ ਇਹ ਬਟਾਲੇ 'ਚ ਹੀ ਨਹੀਂ ਹੈ, ਇਹ ਸਾਰੇ ਪੂਰੀ ਦੁਨੀਆ ਦੇ ਵਿੱਚ ਪ੍ਰਤੀਕ ਹੈ, ਸਾਰੇ ਕਿਤੇ ਮਨਾਇਆ ਜਾਂਦਾ ਹੈ, ਬੜੀ ਰੀਝ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਬੜੇ ਇੱਛਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ, ਕਦੋਂ ਵਰਤ ਆ ਰਿਹਾ, ਇੰਨੇ ਦਿਨ ਰਹਿ ਗਏ, ਇੰਨੇ ਦਿਨ ਰਹਿ ਗਏ, ਆਹ ਚੀਜ਼ ਲੈਣੀ ਆਹ ਲੈਣੀ। ਮਾਪਿਆਂ ਦਾ ਵੀ ਸਗੋਂ ਮਿਲਣ ਦਾ ਥੋੜ੍ਹਾ ਉਤਸ਼ਾਹ ਹੋ ਜਾਂਦਾ ਆ, ਵੀ ਜੋ ਵੀ ਉਹਨਾਂ ਦੇ ਰਿਵਾਜ਼ ਹੁੰਦੇ ਨੇ, ਦੇਣ ਦਵਾਉਣ ਵਾਲੇ ਸਾਰੇ ਬੜੀ ਪ੍ਰਤੀਕ ਨਾਲ ਮਨਾਏ ਜਾਂਦਾ, ਪਿਆਰ ਦਾ ਪ੍ਰਤੀਕ ਹੈ ਇਹ, ਹਸਬੈਂਡ ਵਾਈਫ ਦਾ ਵੀ ਪ੍ਰਤੀਕ ਹੈ, ਸਭ ਤੋਂ ਮੇਨ ਹੈ। ਸੋ ਫਿਰ ਕਦੋਂ ਤੋਂ ਤਿਆਰੀਆਂ ਜਿਹੜੀਆਂ ਤੁਹਾਡੀਆਂ ਸਟਾਰਟ ਹੋ ਜਾਂਦੀਆਂ? ਤਿਆਰੀਆਂ ਹੌਲੀ ਹੌਲੀ, ਥੋੜ੍ਹਾ ਆਹ ਚੀਜ਼ ਲੈਣੀ ਆਹ ਲੈਣੀ ਆਹ ਚੀਜ਼ ਲੈਣਾ ਸਭ ਤੋਂ ਵੱਡਾ ਚਾਅ ਹੋ ਜਾਂਦਾ ਵਾ ਵੀ ਮੈਂ ਸੂਟ ਲੈਣਾ। ਸੋ ਫਿਰ ਵਰਤ ਦੇ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ? ਵਰਤ ਦੇ ਵਿੱਚ ਸਾਵਧਾਨੀਆਂ ਕਾਫੀ ਆ ਜਾਂਦੀਆਂ ਨੇ, ਜਿੱਦਾਂ ਕਾਫੀ ਸੋਚਿਆ ਕਿਸੇ ਨੂੰ ਸ਼ੁਰੂ ਤੋਂ ਹੀ, ਜਿੱਦਾਂ ਕਿਸੇ ਨੂੰ ਸਰਗੀ ਤੋਂ ਬਾਅਦ ਕਹਿ ਦਿੰਦੇ ਨੇ ਇਹਨਾਂ ਵਿੱਚ ਵੀ ਅਸੀਂ ਕਿਸੇ ਨੂੰ ਮਨਾਉਣਾ ਨਹੀਂ ਹੈ, ਕਿਸੇ ਨੂੰ ਕੱਪੜੇ ਨਹੀਂ ਧੋਣੇ, ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿਣਾ, ਕਿਸੇ ਵੇਲੇ ਚੰਦਰਮਾ ਲੇਟ ਵੀ ਨਿਕਲਦਾ ਹੈ, ਫਿਰ ਉਡੀਕ ਦੇ ਵਿੱਚ ਬੈਠੇ ਰਹਿੰਦੇ ਹੋ ਤੁਸੀਂ? ਉਡੀਕ ਤਾਂ ਹੁੰਦੀ ਹੈ, ਉਡੀਕ ਤਾਂ ਹੁੰਦੀ ਹੈ, ਕਦੋਂ ਨਿਕਲੇਗਾ ਕਦੋਂ ਨਹੀਂ ਨਿਕਲੇਗਾ, ਉੱਦਾਂ ਨਿਕਲਣਾ ਤਾਂ ਉਹ ਸਾਰੀ ਦਿਹਾੜੀ ਦਾ ਸੇਮ ਉਹ ਹੀ ਹੁੰਦਾ ਆ, ਬਟ ਫਿਰ ਵੀ ਇਸ ਦਿਨ ਦਾ ਇਹੀ ਹੁੰਦਾ ਹੈ ਜਲਦੀ ਨਿਕਲਦੀ। ਇੱਕ ਬੇਟੀ ਹੁੰਦੀ ਵੀ ਹਸਬੈਂਡ ਦੇ ਹੱਥੋਂ ਪਾਣੀ ਪੀਣਾ ਕਿਹੜੀ ਬੇਟ ਹੈ। ਸੋ ਪਤਾ ਲੱਗਿਆ ਕਿ ਹਸਬੈਂਡ ਵੀ ਜਿਹੜੇ ਨੇ ਉਹ ਵੀ ਵਰਤ ਰੱਖ ਲੈਂਦੇ ਨੇ, ਕਿਉਂਕਿ ਪਿਆਰ ਹੁੰਦਾ ਨਾ ਦੋਨਾਂ ਦਾ, ਉਹ ਜੇ ਤੁਸੀਂ ਵਰਤ ਰੱਖਦੇ ਤਾਂ ਉਹ ਵੀ ਰੱਖ ਲੈਂਦੇ ਆ। ਜ਼ਰੂਰ ਜੀ, ਕਾਫੀ ਰੱਖਦੇ, ਜ਼ਰੂਰੀ ਨਹੀਂ ਹੈ ਕੋਈ ਕਹਿੰਦਾ, ਕਾਫੀ ਇੱਦਾਂ ਦੇ ਵੀ ਅਗਲੇ ਕਹਿੰਦੇ ਸਾਡੀ ਵਾਈਫ ਪੁੱਤੀ ਹੈ ਅਤੇ ਅਸੀਂ ਵੀ ਉਹਨਾਂ ਦੇ ਨਾਲ ਰੱਖੀਏ, ਇੱਕ ਤਾਂ ਹੀ ਥੋੜ੍ਹਾ ਨਾ ਹੀ ਪਿਆਰ ਦੀ ਅਹਿਮੀਅਤ ਹੋ ਜਾਵੇ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਕਿ ਜੇ ਆਪਾਂ ਉਹਨਾਂ ਵਾਸਤੇ ਵਰਤ ਰੱਖਦੇ ਹਾਂ ਤਾਂ ਹਸਬੈਂਡ ਵੀ ਜਿਹੜਾ ਹੈ ਸਾਡੇ ਵਾਸਤੇ ਵਰਤ ਰੱਖਦਾ ਹੈ। ਸੋ ਕੱਲ੍ਹ 1 ਤਰੀਕ ਨੂੰ ਜਿਹੜਾ ਹੈ ਕਰਵਾ ਚੌਥ ਦਾ ਫੈਸਟੀਵਲ ਜਿਹੜਾ ਹੈ ਮਨਾਇਆ ਜਾ ਰਿਹਾ। ਅੱਜ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਬਟਾਲਾ ਸ਼ਹਿਰ ਦੀਆਂ ਜਿੱਥੇ ਕਿ ਮਹਿੰਦੀ ਜਿਹੜੀ ਲੱਗ ਰਹੀ ਹੈ ਅਤੇ ਕੱਲ੍ਹ ਕਰਵਾ ਚੌਥ ਜਿਹੜਾ ਹੈ ਕੰਪਲੀਟ ਹੋਣਾ, ਆਪਣੇ ਹਸਬੈਂਡ ਦੇ ਹੱਥੋਂ ਜਿਹੜਾ ਹੈ ਪਾਣੀ ਪੀ ਕੇ ਉਸ ਤੋਂ ਬਾਅਦ ਜਿਹੜਾ ਹੈ ਵਰਤ ਉਹਨਾਂ ਨੇ ਤੋੜਨਾ ਹੈ, ਅਤੇ ਨਾਲ ਦੀ ਨਾਲ ਜਿਹੜਾ ਹੈ ਲੰਬੀ ਉਮਰ ਮੰਗਣੀ ਹੈ ਆਪਣੇ ਹਸਬੈਂਡ ਵਾਸਤੇ। ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਗੁਰਦਾਸਪੁਰ।